ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ। ਤਰਨ ਤਾਰਨ ਚ ਥਾਣਾ ਸਿਟੀ ਦੇ ਨਜ਼ਦੀਕ ਸਰਹਾਲੀ ਰੋਡ ਤੇ ਸਕੈਟ ਟ੍ਰੇਡਿੰਗ ਕੰਪਨੀ ਦੇ ਸ਼ਰਾਬ ਦੇ ਠੇਕੇ 'ਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਦੁਕਾਨ ਦਾ ਸ਼ਟਰ ਤੋੜ ਕੇ ਮਹਿੰਗੀ ਸ਼ਰਾਬ ਅਤੇ ਨਗਦੀ ਲੈ ਕੇ ਫਰਾਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਠੇਕੇ ਦੇ ਕਰਮਚਾਰੀ ਨੇ ਦੱਸਿਆ ਕਿ ਉਹ ਰਾਤ 11 ਵਜੇ ਠੇਕਾ ਬੰਦ ਕਰ ਘਰ ਗਿਆ ਸੀ, ਜਿਸ ਤੋਂ ਬਾਅਦ ਕਰੀਬ 2 ਵਜੇ ਉਸ ਨੂੰ ਮਾਲਕ ਦਾ ਫੋਨ ਆਇਆ ਕਿ ਠੇਕੇ ਤੇ ਚੋਰੀ ਹੋ ਗਈ ਹੈ। ਉਸ ਨੇ ਦੱਸਿਆ ਕਿ ਠੇਕੇਦਾਰ ਦਾ 4 ਲੱਖ ਤੋਂ ਜ਼ਿਆਦਾ ਦਾ ਨੁਕਸਾਨ ਹੋ ਗਿਆ। ਚੋਰੀ 4 ਲੱਖ ਤੋਂ ਥੋੜੀ ਕੁ ਜ਼ਿਆਦਾ ਹੀ ਬਣਦੀ ਹੈ ਜੀ। ਚੋਰੀ ਹੋਈ ਕਿਸ ਤਰ੍ਹਾਂ? ਚੋਰੀ ਬਾਹਰੋਂ ਸ਼ਟਰ ਜਿਹੜੇ ਆ ਉਹ ਜੱਕ ਲਾ ਕੇ ਤੋੜ ਕੇ ਅੰਦਰ ਵੜੇ ਆ ਜੀ। ਅਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਚੋਰੀ ਬਾਰੇ? ਮੈਂ ਘਰ ਸੌ ਰਿਹਾ ਸੀ ਰਾਤ 2 ਵਜੇ ਅਤੇ ਸਾਡੇ ਮਾਲਕਾਂ ਜੀ ਦਾ ਫੋਨ ਆਇਆ। ਉਹ ਕਹਿੰਦੇ ਵੀ ਮੈਨੂੰ ਇੱਦਾਂ ਦਾ ਪੁਲਿਸ ਵਾਲਿਆਂ ਦਾ ਫੋਨ ਆਇਆ ਜੀ ਕਿ ਤੁਹਾਡਾ ਠੇਕਾ ਜਿਹੜਾ ਲੁੱਟਿਆ ਗਿਆ। ਫਿਰ ਮੈਂ ਜਦੋਂ ਆਣ ਕੇ ਦੇਖਿਆ ਪੁਲਿਸ ਵਾਲੇ ਬਾਹਰ ਖੜ੍ਹੇ ਸੀ ਅਤੇ ਵਾਕਿਆ ਹੀ ਜਦੋਂ ਵੇਖਿਆ ਆਣ ਕੇ ਸਾਡਾ ਬਹੁਤ ਨੁਕਸਾਨ ਹੋਇਆ। ਨਾਕਾ ਕੋਈ ਨਹੀਂ ਹੈਗਾ ਜੀ, ਨਾਕਾ ਤਾਂ ਜ਼ਰੂਰ ਹੋਣਾ ਚਾਹੀਦਾ ਜੀ ਅਤੇ ਕੋਈ ਵੀ ਦੁਰਘਟਨਾ ਵਾਪਰ ਸਕਦੀ ਹੈ। ਚੋਰੀ ਦੀਆਂ ਘਟਨਾਵਾਂ ਤਾਂ ਬਹੁਤ ਵਾਪਰੀਆਂ ਜੀ। ਡੀਐਨਏ ਵੀ ਲੁੱਟ ਕੇ ਲੈ ਜਾਂਦੇ ਧੀਆਂ ਭੈਣਾਂ ਦੀ ਅਤੇ ਪਰਸ ਖੋ ਕੇ ਲੈ ਜਾਂਦੀ ਹੈ। ਇਹ ਗਵਰਨਮੈਂਟ ਚਾਹੀਦਾ ਕਿ ਇਹਨਾਂ 'ਤੇ ਕਾਬੂ ਪਾਉਣਾ। ਇਸ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਪੁਲਿਸ ਜਲਦ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਵੇਗੀ। ਅਸੀਂ ਪੀਸੀਆਰ ਦਸਤੇ ਦੇ ਨਾਲ ਮੈਂ ਗਸ਼ਤ ਕਰ ਰਿਹਾ ਸੀ ਰਾਤ ਅਤੇ ਕਰੀਬ 1:30 ਵਜੇ ਅਸੀਂ ਵੇਖਿਆ ਵੀ ਠੇਕੇ ਦਾ ਜਿਹੜਾ ਸ਼ਟਰ ਆ ਉਹ ਥੋੜ੍ਹਾ ਜਿਹਾ ਕੋਟਕ ਦੇ ਕਰੀਬ ਤਾਂ ਨੂੰ ਚੁੱਕਿਆ ਹੋਇਆ ਅਤੇ ਸਰੀਏ ਦੇ ਨਾਲ ਉਹਦੇ ਜਿਹੜੇ ਉਹਨੂੰ ਸ਼ਟਰ ਨੂੰ ਜਿਹੜਾ ਉਹ ਆਪਣਾ ਕਿਸੇ ਨੇ ਕੁੱਟਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅਸੀਂ ਫਿਰ ਠੇਕੇਦਾਰ ਦੇ ਜਿਹੜੇ ਮਾਲਕ ਆ ਸਕੇਤ ਟ੍ਰੇਡਿੰਗ ਐਂਡ ਕੰਪਨੀ ਦੇ ਉਹਨਾਂ ਨੂੰ ਅਸੀਂ ਮੈਂ ਉਹਨਾਂ ਦਾ ਫੋਨ ਨੰਬਰ ਲੈ ਕੇ ਉਹਨਾਂ ਨੂੰ ਫੋਨ ਕੀਤਾ ਵੀ ਤੁਹਾਡੇ ਇੱਦਾਂ ਠੇਕੇ ਦੇ ਜਿਹੜੀ ਹੈ ਕਿਸੇ ਨੇ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੋ ਕਰੀਬ 1:30 ਘੰਟੇ ਬਾਅਦ ਠੇਕਿਆਂ ਦੇ ਠੇਕੇਦਾਰਾਂ ਦਾ ਕਰਿੰਦਾ ਕ੍ਰਿਸ਼ਨ ਸ਼ਰਮਾ ਆ ਉਹ ਨਾਲ ਆਇਆ ਆਪਣੇ ਹੋਰ 3-4 ਮੁਲਾਜ਼ਮ ਲੈ ਕੇ ਅਤੇ ਉਹਨਾਂ ਨੇ ਫਿਰ ਆਪ ਕਰਕੇ ਅਤੇ ਸ਼ਟਰ ਤਾਂ ਚੁੱਕ ਕੇ ਚੈੱਕ ਚੁੱਕ ਕੀਤਾ ਆ ਜਿਨ੍ਹਾਂ ਨੇ ਦੱਸਿਆ ਵੀ ਗੱਲੇ ਦੇ ਵਿੱਚ ਥੋੜ੍ਹਾ ਜਿਹਾ ਸਾਡਾ ਕੈਸ਼ ਸੀ ਅਤੇ ਸ਼ਰਾਬ ਬਾਰੇ ਉਹਨਾਂ ਨੇ ਦੱਸਿਆ ਵੀ ਅਸੀਂ ਜਿਹੜਾ ਸੁਬਾਹ ਤੁਹਾਨੂੰ ਸਟੋਕ ਚੈੱਕ ਕਰਕੇ ਜਿਹੜਾ ਉਹ ਚਲਾ ਦੇ। ਅਤੇ ਕੀ ਦੱਸਿਆ ਸਵੇਰੇ ਸਰ, ਕਿੰਨੀ ਕੁ ਚੋਰੀ ਦੱਸਦੇ ਹੋ? ਸਵੇਰੇ ਉਹ ਤਾਂ ਕਹਿੰਦੇ ਵੀ ਸ਼ਰਾਬ ਦੀ ਚੋਰੀ ਸਾਡੀ ਕਾਫੀ ਹੋਈ ਹੈ ਪਰ ਰਾਹ ਅਜੇ ਤਸਦੀਕ ਚੱਲ ਰਹੀ ਹੈ। ਜਿੰਨਾ ਚਿਰ ਪੜਤਾਲ ਨਹੀਂ ਹੁੰਦੀ ਸਟਾਕ ਰਜਿਸਟਰ ਇਹਨਾਂ ਦਾ ਚੈੱਕ ਕਰਾਂਗੇ ਉਸ ਹਿਸਾਬ ਨਾਲ ਜਿਹੜੀ ਅਗਲੀ ਬਣਦੀ ਕਾਰਵਾਈ ਜਿਹੜੀ ਉਹ ਹੋਣੀ। ਜ਼ਿਕਰਯੋਗ ਹੈ ਕਿ ਪੁਲਿਸ ਦੀ ਲਾਪਰਵਾਹੀ ਕਾਰਨ ਕੁਝ ਦਿਨ ਪਹਿਲਾਂ ਵੀ ਇਸੇ ਤਰ੍ਹਾਂ ਸੜਕ ਤੇ MRF ਟਾਇਰਾਂ ਦੇ ਸ਼ੋਰੂਮ 'ਚ ਵੀ ਚੋਰੀ ਹੋਈ ਸੀ ਪਰ ਪੁਲਿਸ ਵੱਲੋਂ ਹੁਣ ਤੱਕ ਕੋਈ ਵੀ ਚੋਰ ਨਹੀਂ ਫੜਿਆ ਗਿਆ। ਤਰਨਤਾਰਨ ਤੋਂ ਅਮਨ ਮਨਚੰਦਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।